ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਜੀ ਅੱਜ ਅਸੀਂ ਆਪ ਜੀ ਨੂੰ ਰੂਹ ਗੁਰੂ ਪਰਾਨ ਜਾਣ ਜਾ ਰਹੇ ਹਾਂ ਭਾਈ ਜਤਿੰਦਰ ਸਿੰਘ ਜੀ ਖਾਲਸਾ ਜੋ ਕਿ ਸ੍ਰੀ ਅਮਰਸਾਹਬ ਸਾਹਿਬ ਤੋਂ ਨੇ ਇਹ ਆਪ ਜੀ ਨੂੰ ਸਹਬਜ਼ਾਦਿਆਂ ਦੇ ਇਤਿਹਾਸ ਦੇ ਨਾਲ ਰੂਬਰੂ ਕਰਾਉਣਗੇ ਆਓ ਅਸੀਂ ਗੁਰੂ ਦੇ ਪਿਆਰਿਓ ਜੀ ਇਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਜੀ ਸਾਨੂੰ ਥੋੜਾ ਜਿਹਾ ਛੋਟੇ ਸਹਬਜ਼ਾਦਿਆਂ ਦਾ ਵੱਡੇ ਸਹਬਜ਼ਾਦਿਆਂ ਦਾ ਸਾਨੂੰ ਇਤਿਹਾਸ ਦੇ ਨਾਲ ਜੀ ਬੋਹਰੂ ਕਰਾਉ ਸਮੋਂ ਥੋੜਾ ਇਹ ਚਮਕੌਰ ਦੀ ਜੰਗ ਬਾਰੇ ਦੱਸੋ ਠੀਕ ਹੈ ਜੀ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਗਗਨ ਦਮਾਮਾ ਬਾਜੀਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਅੱਜ ਆਪਾਂ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਸਭ ਸੰਗਤਾਂ ਕਰੋ ਫਤਿਹ ਪ੍ਰਵਾਨ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੁੱਖਾਂ ਵਸਦਾ ਆਨੰਦਪੁਰ ਤੇ ਆਗ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸਾ ਵਾਲੇ ਨੂੰ ਵੱਧ ਰਹੇ ਸਨ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਰੀਆਂ ਕਸਮਾਂ ਭੁਲਾ ਕੇ ਦੁਸ਼ਮਣ ਦਲ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਹਮਲਾ ਕਰ ਦਿੱਤਾ ਹੈ ਬਹੁਤ ਸਾਰੀਆਂ ਕੀਮਤੀ ਜਾਨਾਂ ਬਹੁਤ ਸਾਰਾ ਕੀਮਤੀ ਸਮਾਨ ਰੋੜ ਕੇ ਲੈ ਗਈ ਸਰਸਾ ਨਦੀ ਪਰਿਵਾਰ ਵਿਛੜ ਕੇ ਗੁਰੂ ਸਾਹਿਬਾਂ ਜੀ ਦਾ ਤਿੰਨਾਂ ਹਿੱਸਿਆਂ ਵਿੱਚ ਚਲਿਆ ਗਿਆ ਹੈ ਇੱਕ ਪਾਸੇ ਛੋਟੇ ਸਹਿਬਜ਼ਾਦੇਆਂ ਨੂੰ ਗੰਗੂ ਰਸੋਈਆ ਮਾਤਾ ਗੁਜਰੀ ਜੀ ਨੂੰ ਗੰਗੂ ਰਸੋਈਆ ਆਪਜੀਤ ਦੇ ਨਗਰ ਲੈ ਗਿਆ ਹੈ ਤੇ ਇੱਕ ਪਾਸੇ ਗੁਰੂ ਜੀ ਦੇ ਮਹਿਲ ਭਾਈ ਮਨੀ ਸਿੰਘ ਜੀ ਦਿੱਲੀ ਨੂੰ ਲੈ ਗਏ ਹਨ ਤੇ ਇਧਰ ਦੋ ਵੱਡੇ ਸਹਿਬਜ਼ਾਦੇ ਅਤੇ 43 ਗੁਰੂ 40 ਸਿੰਘ ਤੇ 43 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਨੇ ਚਮਕੌਰ ਦੀ ਕੱਚੀ ਹਵੇਲੀ ਵਿੱਚ ਜੋ ਕਿ ਇੱਕ ਕਿਲੇ ਦੀ ਤਰ੍ਹਾਂ ਬਣੀ ਹੋਈ ਹੈ ਜਦੋਂ ਚਮਕੌਰ ਦੀ ਗੜੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾਖਲ ਹੋਏ ਚਮਕੌਰ ਦੀਆਂ ਚਾਰੇ ਬਾਹੀਆਂ ਬੜੇ ਗੌਰ ਨਾਲ ਤੱਕਾਂ ਲੱਗੇ ਨੇ ਲਾਗੇ ਪੰਨਿਆਂ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ ਖੜੇ ਹਨ ਉਹਨਾਂ ਆਖਿਆ ਪਾਤਸ਼ਾਹ ਜੀ ਇਹ ਚਮਕੌਰ ਦੀ ਕੱਚੀ ਹਵੇਲੀ ਆਨੰਦਪੁਰ ਦੇ ਸ਼ਾਹੀ ਮਹਿਲਾਂ ਨਾਲੋਂ ਜ਼ਿਆਦਾ ਪਸੰਦ ਹੈ ਪਾਤਸ਼ਾਹ ਜੀ ਬੜੇ ਗੌਰ ਨਾਲ ਤੱਕ ਰਹੇ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ ਭਾਈ ਦਇਆ ਸਿੰਘ ਜੀ ਪਟਨਾ ਸ਼ਹਿਰ ਸਾਡੇ ਲਈ ਸਿੱਖੀ ਦਾ ਪੰਘੂੜਾ ਸੀ ਜਿੱਥੇ ਸਾਡਾ ਬਚਪਨ ਗੁਜ਼ਰਿਆ ਆਨੰਦਪੁਰ ਸਿੱਖੀ ਦਾ ਸਕੂਲ ਸੀ ਜਿੱਥੇ ਅਸੀਂ ਜੰਗਾ ਜੋਧਾਂ ਦਾ ਅਭਿਆਸ ਕੀਤਾ ਇਹ ਚਮਕੌਰ ਦੀ ਕੱਚੀ ਹਵੇਲੀ ਖਾਲਸੇ ਦੀ ਯੂਨੀਵਰਸਿਟੀ ਹੈ ਇੱਥੇ ਕੱਲ ਨੂੰ ਬਹੁਤ ਵੱਡਾ ਇਮਤਿਹਾਨ ਹੋਵੇਗਾ ਇੱਥੇ ਕੱਲ ਨੂੰ ਪੇਪਰ ਪੈਣਗੇ ਇਧਰ 10 ਲੱਖ ਫੌਜ ਨੇ ਪਾਇਆ ਘੇਰਾ ਪਾ ਕੇ ਘੇਰਾ 10 ਲੱਖ ਫੌਜ ਦਾ ਰਾਤ ਤੋਂ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਆਵਾਜ਼ਾਂ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਿ ਹੁਣ ਤੁਸੀਂ ਆਪਾਂ ਸਰਕਾਰ ਦੇ ਹਵਾਲੇ ਕਰ ਦਿਓ ਹੁਣ ਤੁਹਾਡੇ ਕੋਲ ਨਾ ਕੋਈ ਬਹੁਤ ਵੱਡੀ ਸੈਨਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਜੂੰਦੀਆਂ ਜਾਗਦੀਆਂ ਕੌਮਾਂ ਕਦੇ ਹਥਿਆਰ ਨਹੀਂ ਛੁੱਟਿਆ ਕਰਦੀਆਂ ਜਦ ਤੱਕ ਮੇਰਾ ਇੱਕ ਵੀ ਸਾਥੀ ਜਿੰਦਾ ਰਹੇਗਾ ਇਸ ਹਵੇਲੀ ਦੇ ਅੰਦਰ ਕਿਸੇ ਨੂੰ ਪੈਰ ਨਹੀਂ ਰੱਖਣ ਦਿੱਤਾ ਜਾਏਗਾ ਇੱਧਰ ਲੈ ਕੇ ਤਿੰਨ ਚੋਟੀ ਦੇ ਜਰਨੈਲ ਜਰਨੈਲ ਨਾ ਰੱਖਾ ਲੱਗਾ ਹੈ ਕੱਚੀ ਗੜੀ ਦੀ ਦਵਾਰ ਉੱਤੇ ਚੜਨ ਸਾਹਮਣੇ ਬੁਰਜ ਵਿੱਚ ਮੇਰੇ ਪਾਤਸ਼ਾਹ ਬੈਠੇ ਨੇ ਉਹਨਾਂ ਕੱਢਿਆ ਪੱਥੇ 'ਚੋਂ ਤੀਰ ਚਾਰਿਆ ਤੁੰਸ ਦੀ ਤੰਦੀ ਤੇ ਸ਼ਰਰ ਕਰਦਾ ਨਾਰਖਾਂ ਦੇ ਮੱਥੇ ਵਿੱਚ ਮਾਰਿਆ ਪੌੜੀ ਤੋਂ ਕਬੂਤਰ ਵਾਂਗੂ ਬਾਜ਼ੀਆਂ ਲਾਉਂਦਾ ਥੱਲੇ ਡਿੱਗਾ ਹੈ ਦੂਜਾ ਜਰਨੈਲ ਚੜਿਆ ਹੈ ਗਨੀਖਾਂ ਇਹਦੀ ਵੀ ਹੱਕ ਵਿੱਚ ਤੀਰ ਵੱਜਿਆ ਇਹ ਵੀ ਪੌੜੀ ਤੋਂ ਥੱਲੇ ਡਿੱਗ ਪਿਆ ਹੈ ਹੁਣ ਵਾਰੀ ਆਈ ਹੈ ਖਵਾਜਾ ਮਰਦੂਦ ਅਲੀ ਦੀ ਇਹਨੇ ਸਿਰ ਉੱਚਾ ਨਹੀਂ ਕੀਤਾ ਇਹ ਤੀਰ ਖਾਦਿਓ ਬਿਨਾਂ ਪੌੜੀ ਤੋਂ ਥੱਲੇ ਡਿੱਗ ਪਿਆ ਹੈ ਸੈਨਾ ਪਿੱਛੇ ਨੂੰ ਭੱਜ ਗਈ ਹੈ ਵੈਰੀ ਨੇ ਕੀਤਾ ਦਰਵਾਜ਼ੇ ਉੱਤੇ ਹਮਲਾ ਆਗਿਆ ਮੰਗੀ ਸਿੰਘਾਂ ਨੇ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਮਰਦਾਂ ਵਾਂਗ ਜੱਥਾ ਲੈ ਕੇ ਲੜਿਆ ਸ਼ਹੀਦ ਹੋ ਗਿਆ ਸ਼ਹੀਦ ਹੋਦਿਆਂ ਤੱਕ ਕੇ ਆਇਆ ਜੋਸ਼ ਸਹਿਬ ਜੀ ਆਜੀਤ ਸਿੰਘ ਨੂੰ ਇਹਨੇ ਆਖਿਆ ਪਿਤਾ ਜੀ ਮੈਨੂੰ ਵੀ ਰਣ ਮੈਦਾਨ ਨੂੰ ਜਾਣ ਦੀ ਆਗਿਆ ਬਖਸ਼ੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੰਡ ਤੇ ਦੇ ਕੇ ਥਾਪੜਾ ਆਖਿਆ ਸਾਤੀ ਘੋਟ ਕੇ ਪੁੱਤ ਦੀ ਕਿਹਾ ਗੁਰਜੀ ਮੇਰੇ ਹੀਰਿਆ ਲਾਲ ਆਜੀਤ ਸਿੰਘਾ ਸੱਚ ਪੁੱਛੇ ਤਾਂ ਤੈਨੂੰ ਜਵਾਨ ਕੀਤਾ ਇਸੇ ਵਾਸਤੇ ਪਾਲ ਅਜੀਤ ਸਿੰਘਾ ਰਹੀਂ ਦੀ ਦੁਨੀਆ ਤੱਕ ਜੋ ਯਾਦ ਰਹਿ ਜੇ ਐਸੀ ਘਾਲਣਾ ਕਾਲ ਅਜੀਤ ਸਿੰਘਾ ਅਠਾ ਸਿੰਘਾਂ ਦਾ ਜਥਾ ਲੈ ਕੇ ਸਾਬ ਜਦਾ ਰਣ ਮੈਦਾਨ ਨੂੰ ਨਿਕਲਿਆ ਹੈ ਲਿਖਿਆ ਫਿਰ ਹੋ ਕੇ ਅਮੋ ਸਾਹਮਣੇ ਦਲ ਦੋਵੇਂ ਜੁੱਪੇ ਉਥੇ ਤੀਰ ਤੇ ਹਾਇ ਰਾਤ ਦੇ ਕਿਲਿਆਂ ਚੋਂ ਛੁੱਟੇ ਉਥੇ ਹਿੱਕਾਂ ਹੋਈਆਂ ਸ਼ਾਨਣੀ ਕਈ ਮੱਥੇ ਫੁੱਟੇ ਉਥੇ ਲੱਥ ਗਏ ਸਿਰ ਧੜਾ ਤੋਂ ਧੜ ਰਹਿ ਗਏ ਜੁੱਟੇ ਤੀਰ ਚੱਲੇ ਤਲਵਾਰਾਂ ਲਿਸ਼ਕੀਆਂ ਤੇ ਤੋਪਾਂ ਦੰਦਨਾਈਆਂ ਸਾਹਿਬਜ਼ਾਦੇ ਨੇ ਖਿੱਚ-ਖਿੱਚ ਕੇ ਛੱਡੇ ਤੀਰ ਬਈ ਜਦੋਂ ਹੋ ਗਿਆ ਪੱਥਾ ਖਾਲੀ ਫਿਰ ਸ਼ਰਮਾਂ ਦੀ ਸਾਥਨ ਕੱਢ ਲਈ ਮਿਆਂ ਚੋਂ ਨੱਚਦੀ ਟੱਪਦੀ ਜੱਲੀਆਂ ਪਾਣਦੀ ਕਈਆਂ ਨੂੰ ਤਾਰਦੀ ਤੇ ਕਈਆਂ ਨੂੰ ਠਾਰਦੀ ਕਈਆਂ ਦੀ ਮੌਤ ਤੇ ਕਈਆਂ ਦੀ ਜ਼ਿੰਦਗੀ ਇੱਕ ਪੰਜਾਬੀ ਦਾ ਕਵੀ ਕਹਿੰਦਾ ਬਈ ਜਦੋਂ ਖਿੱਚੀ ਵੀਰ ਅਜੀਤ ਸਿੰਘ ਰਤ ਪੀਵੀ ਚੰਡੀ ਉਹ ਜਿੱਥੇ ਜਾ ਕੇ ਵਜਦੀ ਤੇ ਵੱਡੇ ਘੰਡੀ ਉਹ ਸੌਦੇ ਕਰਦੀ ਸਿਰਾਂ ਦੇ ਵੀਰਾਂ ਦੀ ਮੰਡੀ ਉਹ ਖੂਨ ਨਦੀ ਵਿੱਚ ਨਾ ਕੇ ਇੱਕ ਵੇਰਾ ਫੰਡੀ ਕਈ ਯੋਧੇ ਪਾਏ ਦਿਲਬਰਾ ਸਵਰਗਾਂ ਦੀ ਡੰਡੀ ਤਲਗੀ ਵਾਲੇ ਦਾ ਵੀਰ ਸੁਪੁੱਤਰ ਰਣ ਮੈਦਾਨ ਦੇ ਵਿੱਚ ਤਲਵਾਰ ਦੀ ਯੋਰ ਬੁਖਾਰਿਆ ਵਿਦਮਾਨ ਲਿਖਤਾ ਚੜਪਿਆ ਸਹਿਬ ਅਜੀਤ ਸਿੰਘ ਹੱਥ ਪਕੜ ਭਵਾਨੀ ਉਹ ਵੱਧ ਵੱਧ ਤੇਗਾ ਮਾਰਦਾ ਅਰਜਣ ਦਾ ਸਾਨੀ ਅੱਜ ਜਿਉਂਦਾ ਇੱਕ ਨਹੀਂ ਛੱਡਣਾ ਉਸ ਦਿਲ ਵਿੱਚ ਠਾਨੇ ਫਿਰ ਸੋਚੇ ਸਾਰੇ ਮਾਰ ਕੇ ਰੱਖ ਲਈ ਜਿੰਦਗਾਨੀ ਤਾਂ ਕਿਸੇ ਨਹੀਂ ਕਹਿਣਾ ਪਿਤਾ ਨੂੰ ਪੁੱਤਰਾਂ ਦਾ ਦਾਨੀ ਇਹ ਧਾਰ ਸ਼ਹੀਦੀ ਪਾ ਗਿਆ ਖਾ 500 ਕਾਨੀ ਸ਼ੀਤਲ ਵਿਤ ਇਤਿਹਾਸ ਦੇ ਹੈ ਇਹ ਕੁਰਬਾਨੀ ਤੀਰਾਂ ਦੇ ਨਾਲ ਫਟਿਆ ਹੋਇਆ ਸਹਬਜਾਦਾ ਧਰਤੀ ਉੱਤੇ ਡਿੱਗਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਹੁਤ ਗਰਜਵੀਂ ਆਗਾਜ਼ ਦੇ ਵਿੱਚ ਜਗਾਰਾ ਛੱਡਿਆ ਹੈ ਜਦੋਂ ਪੁੱਤਰ ਸ਼ਹੀਦ ਹੋ ਗਿਆ ਵਾਹਿਗੁਰੂ ਆਇਆ ਜੋਸ਼ ਸਹਬਜਾਦਾ ਜੁਝਾਰ ਸਿੰਘ ਜੀ ਨੂੰ ਇਨੇ ਆਖਿਆ ਪਿਤਾ ਜੀ ਹੁਣ ਮੈਨੂੰ ਵੀ ਰਣ ਮੈਦਾਨ ਨੂੰ ਜਾਣ ਦੀ ਆਗਿਆ ਬਖਸ਼ੋ ਜਦੋਂ ਸਹਿਬਜ਼ਾਦਾ ਜੁਝਾਰ ਸਿੰਘ ਜੀ ਤੁਰਨ ਲੱਗਾ ਤੇ ਬਾਬਾ ਜੀਵਨ ਸਿੰਘ ਜੀ ਦੀ ਡਿਊਟੀ ਗੇਟ ਦੇ ਉੱਤੇ ਸੀ ਉਹਨਾਂ ਆਖਿਆ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਖਣ ਲੱਗੇ ਮਹਾਰਾਜ ਤੁਹਾਡਾ ਚੌਥਾ ਪੁੱਤਾਂ ਵਿੱਚੋਂ ਇੱਕ ਰਹਿ ਗਿਆ ਹੈ ਹੋਵੇ ਨਾਤੇ ਪਹਿਲਾਂ ਸਿੰਘਾਂ ਨੂੰ ਭੇਜ ਦਿੱਤਾ ਜਾਵੇ ਸਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਨਾ ਭੇਜੇ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਭਾਈ ਜੀਵਨ ਸਿੰਘ ਜੀ ਮੈਂ ਤੁਹਾਡੇ ਵਿੱਚ ਤੇ ਸਹਿਬਜ਼ਾਦਾ ਜੁਝਾਰ ਵਿੱਚ ਕੋਈ ਫਰਕ ਨਹੀਂ ਸਮਝਿਆ ਇਸ ਕਰਕੇ ਕਿਲੇ ਦਾ ਦਰਵਾਜ਼ਾ ਖੋਲ ਦਿਓ ਉਹਨਾਂ ਆਖਿਆ ਬੇਟਾ ਹੁਣ ਤਾਂ ਘੋੜੇ ਵੀ ਛੀਦ ਹੋ ਗਏ ਨੇ ਪੈਦਲ ਜਾਣਾ ਪਏਗਾ ਪੰਨਾ ਸਿੰਘਾਂ ਦਾ ਜਥਾ ਲੈ ਕੇ ਸਹਿਬਜ਼ਾਦਾ ਜੁਝਾਰ ਸਿੰਘ ਰਣ ਮੈਦਾਨ ਦੇ ਅੰਦਰ ਗਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰਾਂ ਦੀ ਉਪੋਸ਼ਾ ਕੀਤੀ ਹੈ ਵਰਖਾ ਆਪਣੇ ਉਹਨਾਂ ਆਖਿਆ ਵੀ ਤੂੰ ਅਜੀਤ ਸਿੰਘ ਦਾ ਛੋਟਾ ਭਰਾ ਹੈ ਆਪਦੇ ਵੱਡੇ ਭਰਾ ਨਾਲੋਂ ਜਾਦੇ ਫਟ ਕਾ ਕੇ ertid ਤੇ ਡਿਗੇ ਮੇਰੀ ਆਤਮਾ ਤਾਂ ਖੁਸ਼ ਹੋਵੇਗੀ ਲੈ ਕੇ ਪੰਨਾ ਸਿੰਘਾਂ ਦਾ ਜਥਾ ਸਹਿਬਜ਼ਾਦਾ ਜੁਝਾਰ ਸਿੰਘ ਰਣ ਮੈਦਾਨ ਦੇ ਅੰਦਰ ਗਿਆ ਹੈ ਉਹ ਕਹਿੰਦਾ ਬਦੀ ਲੜਾਈ ਤੋਂ ਬਾਅਦ ਹਜ਼ਾਰਾਂ ਦਸ਼ਮਣਾਂ ਨੇ ਵਾਰ ਕੀਤੇ ਤਲਵਾਰ ਟੁੱਟ ਗਈ ਹੈ ਪੁਰਜਾ ਪੁਰਜਾ ਹੋ ਕੇ ਇਹ ਵੀ ਧਰਤੀ ਤੇ ਡਿੱਗ ਪਿਆ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੇਰ ਜਕਾਰਾ ਛੱਡਿਆ ਤੇ ਆਖਿਆ ਜਦ ਹੱਸ ਸ਼ਹੀਦੀ ਪਾ ਗਿਆ ਸੀ ਲਾਲ ਛਤੇਰਾ ਫਿਰ ਬੋਲੇ ਮੇਰੇ ਪਾਤਸ਼ਾਹ ਵਾ ਪਾਣਾ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਹੁਕਮ ਅਰਜਾਈ ਚੱਲਣਾ ਜੋ ਕਿਤੇ ਚੰਗੇਰਾ ਪੰਥ ਵਸੇ ਮੈਂ ਉਜਣਾ ਮਨ ਚਾਹੋ ਕਨੇਰਾ ਵਾਹ ਵਾਹ ਗੋਬਿੰਦ ਸਿੰਘ ਤਾਂ ਨ ਤੇਰਾ ਜੀਰਾ ਇਹ ਸਿਤਿਹਾਸ ਤਾਂ ਤਨ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਚਮਕੌਰ ਦੀ ਜੰਗ ਜਿਨ੍ਹਾਂ ਨੇ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਇਹ ਬਚਨ ਜੋ ਇਸ ਤੇ ਪੂਰਾ ਕੀਤਾ ਮਹਾਰਾਜ ਜੀ ਨੇ ਇਸ ਤੋਂ ਅੱਗੇ ਇਤਿਹਾਸ ਤਾਂ ਬਹੁਤ ਹੈ ਜੀ ਇਹਨਾਂ ਸ਼ਬਦਾਂ ਨਾਲ ਖੇਮਾ ਹੈ ਇਸ ਤੋਂ ਅੱਗੇ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਨੂੰ ਜਾਂਦੇ ਨੇ ਇਹ ਇਤਿਹਾਸ ਚ ਚਮਕੌਰ ਦੀ ਜੰਗ ਦਾ ਇਹਨਾਂ ਸ਼ਬਦਾਂ ਨਾਲ ਖੇਮਾ ਕਰਨੀ ਸਤਿਗੁਰ ਪਾਤਸ਼ਾਹ ਜੀਓ ਜਿਨ੍ਹਾਂ ਇਤਿਹਾਸ ਸਰਵਣ ਕਰਦੇ ਆ अनेका ਹੀ ਵਿਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰੇ ਜੀ ਜੇ ਆਪ ਜੀ ਨੂੰ ਇਤਿਹਾਸ ਸੁਣਨ ਦਾ ਚਾਹ ਅੰਦਰੋਂ ਪੈਦਾ ਹੁੰਦਾ ਆ ਜੇ ਆਪ ਜੀ ਦੇ ਮਨ ਦੇ ਅੰਦਰੋਂ ਖੇੜਾ ਮਿਲਦਾ ਆ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਜਰੂਰ ਕਰੋ ਤਾਂ ਕਿ ਹੋਰ ਸੰਤਾਂ ਵੀ ਸਾਡੇ ਚੈਨਲ ਨਾਲ ਜੁੜ ਸਕਣ ਤੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਸਰਵਣ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ